ਏਸੀ ਫਾਈਨਲ ਕਰਤਾ ਬਲੂ ਸਟਾਰ ਦਾ। ਮੰਮਾ ਨੂੰ ਅੱਜ ਸਰਪ੍ਰਾਈਜ਼ ਦਿੱਤਾ, ਕਦੇ ਅਸੀਂ ਸੋਚਿਆ ਵੀ ਨਹੀਂ ਸੀ ਕਿ ਸਾਡੇ ਘਰੇ ਅਸੀਂ ਕੂਲਰ ਵਾਸਤੇ ਵੀ ਕਈ ਵਾਰੀ ਤਰਸ ਜਾਂਦੇ ਹੁੰਦੇ ਸੀ ਪੁਰਾਣੇ ਘਰ 'ਚ, ਸਾਨੂੰ ਯਾਦ ਆ ਅੱਜ ਵੀ। ਮੰਮਾ ਦੀ ਇੱਡੀ ਜ਼ਿਆਦਾ ਖੁਸ਼ੀ, ਮੰਮਾ ਇਹ ਕਦੇ ਸੋਚਿਆ ਹੀ ਨਹੀਂ ਸੀਗਾ ਅਸੀਂ ਕਦੇ ਕਿ ਅਸੀਂ ਵੀ ਏਸੀ ਲਵਾਵਾਂਗੇ ਯਾਰ। ਅਸੀਂ ਕੂਲਰ ਵੀ ਨਾ ਸੈਕਿੰਡ ਹੈਂਡ ਲਿੱਤੇ ਹੋਏ ਨੇ, ਕੂਲਰ ਜਿੰਨੇ ਵੀ ਲਿੱਤੇ ਤੇ ਹੋਏ ਐਵੇਂ ਹੋਏ। ਆ ਜਾ ਫਿਰ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸਾਰੇ? ਆਈ ਹੋਪ ਸਾਰੇ ਕੈਂਡੀ ਹੋਗੇ ਤੇ ਨਵੇਂ ਦਿਨ ਦੀ ਸ਼ੁਰੂਆਤ, ਨਵੇਂ ਵਲੋਗ ਦੇ ਨਾਲ। ਅੱਜ ਮਈ ਮਹੀਨਾ ਚੜਿਆ ਤੇ ਗਰਮੀ ਔਰ ਇੱਡੀ ਜ਼ਿਆਦਾ ਹੋ ਚੁੱਕੀ ਹੈ ਨਾ ਪੰਜਾਬ 'ਚ ਤਾਂ। ਲੁਧਿਆਣੇ 'ਚ ਤਾਂ ਅਸੀਂ ਰਹਿੰਦੇ ਹਾਂ ਤੇ ਮੈਂ ਜਿੱਥੇ ਰਹਿ ਰਿਹਾ ਲੁਧਿਆਣੇ 'ਚ ਰਹਿ ਰਿਹਾ ਤੇ ਉੱਥੇ ਗਰਮੀ ਇੰਨੀ ਜ਼ਿਆਦਾ ਹੈ ਨਾ ਪੁੱਛੋ ਨਾ ਬਈ, ਬਾਹਰ ਜਾ ਕੇ ਤਾਂ ਇੱਡਾ ਜ਼ਿਆਦਾ। ਅਤੇ ਮੈਂ ਸੋਚਿਆ ਯਾਰ ਗਰਮੀਆਂ 'ਚ ਚਲੋ ਕੂਲਰ ਕੱਢਣੇ ਹੁੰਦੇ ਆ, ਮੈਂ ਕੂਲਰ ਕੱਢਿਆ। ਮੰਮਾ ਨੇ ਨਾ ਕੂਲਰ ਕੱਢਣ ਤੋਂ ਪਹਿਲੇ ਮੈਨੂੰ ਕਹਿਤਾ ਕਿ ਐਮੀ ਅਤੇ ਕੂਲਰ ਕੱਢ ਤਾਂ ਲਵਾਂਗੇ, ਇਹ ਹਮੇਸ਼ਾ ਹਰੇਕ ਸਾਲ ਇਹਨੂੰ ਸੈੱਟ ਕਰਾਉਣਾ ਪੈਂਦਾ, ਫਿਰ ਹੀ ਚੱਲਦਾ। ਉਹੀ ਗੱਲ ਹੋਈ, ਮੈਂ ਖੋਲ੍ਹਿਆ ਅਤੇ ਦਿਖਾਉਂਦਾ। ਮੈਂ ਜਦੋਂ ਖੋਲ੍ਹਿਆ ਤਾਂ ਦੇਖਿਆ ਕੂਲਰ ਚੱਲਦੇ ਨਹੀਂ ਪਿਆ ਸੀਗਾ। ਅਤੇ ਫਿਰ ਅਸੀਂ ਫਿਲਹਾਲ ਡਿਸਾਈਡ ਕੀਤਾ ਕਿ ਚੱਲ ਮੈਂ ਕਿਹਾ ਮੰਮਾ ਨਾਲ ਜਾ ਕੇ ਇੱਕ ਕੂਲਰ ਦੇਖ ਆਉਂਦੇ ਹਾਂ। ਕਾਫੀ ਟਾਈਮ ਹੋ ਗਿਆ ਇਹਨੂੰ, ਹੋ ਗਏ ਪੰਜ ਘੱਟੋ ਘੱਟ 8-9 ਸਾਲ ਹੋ ਗਏ ਇੱਡਾ ਪੁਰਾਣਾ ਕੂਲਰ ਆ, ਅਤੇ ਕਾਫੀ ਟਾਈਮ ਸੀਗਾ। ਅਤੇ ਮੈਂ ਕਿਹਾ ਚਲੋ ਹੁਣ ਨਵੇਂ ਨਵੇਂ ਕੂਲਰ ਚੱਲੇ ਹੋਏ ਨੇ, ਨਾਲੇ ਘੈਂਟ ਵੀ ਨੇ, ਮੈਂ ਇੱਕ ਵਾਰੀ ਜਾ ਕੇ ਦੇਖ ਆਉਂਦੇ ਹਾਂ। ਜੇ ਵਧੀਆ ਤਾਂ ਜੇ ਵਧੀਆ ਲੱਗਿਆ, ਜੇ ਬਜਟ 'ਚ ਹੋਇਆ ਤਾਂ ਚੱਕ ਲਾਂਗੇ। ਅਤੇ ਹੁਣ ਅਸੀਂ ਕੂਲਰ ਲੈਣ ਚੱਲੇ ਹਾਂ, ਮੈਂ ਤੁਹਾਨੂੰ ਨਾਲੇ ਮੰਮਾ ਨਾਲ ਮਿਲਾਉਂਦਾ ਆਪਣੇ, ਅਤੇ ਕੂਲਰ ਲੈਣ ਚੱਲਦੇ ਅਤੇ ਬਾਕੀ ਦਿਖਾਵਾਂਗੇ ਕਿੱਦਾਂ ਕਿੱਦਾਂ ਦੇ ਕੂਲਰ ਆ, ਵੀ ਬੈਸਟ ਲੱਗਿਆ, ਕੀ ਪ੍ਰਾਈਜ਼ ਆ, ਕਿਵੇਂ ਦੇ ਮਿਲਦੇ ਪਏ ਨੇ, ਕੀ ਗਰੰਟੀ ਵਗੈਰਾ ਸਾਰਾ ਕੁਝ ਦੱਸਾਂਗੇ ਤੁਹਾਨੂੰ। ਅਤੇ ਬਣੇ ਰਹੇ ਵਲੋਗ 'ਚ। ਹਵਾ ਤਾਂ ਚੱਲ ਰਹੀ ਹੈ ਪਰ ਧੁੱਪ ਹੋਏ 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 ਸੂਰਜ ਦੇਵਤਾ ਥੋੜ੍ਹਾ ਜਿਹਾ ਤਰਸ ਖਾਣਾ ਭਰਾਵਾ ਪੰਜਾਬ 'ਤੇ। ਇੱਕ ਤਾਂ ਯਾਰ ਜਦੋਂ ਵੀ ਜਾਣਾ ਹੋਵੇ ਤਾਂ ਫਾਟਕ ਪਹਿਲਾਂ ਲੱਗੀ ਹੁੰਦੀ ਹਮੇਸ਼ਾ, ਇੱਕ ਤਾਂ ਇੰਨੀ ਗਰਮੀ ਉੱਤੋਂ ਫਾਟਕ 'ਤੇ ਖੜਨਾ ਬਈ, ਤੋਬਾ। ਆਪਾਂ ਨੂੰ ਸ਼ੈੱਡ ਮਿਲ ਗਈ, ਆਪਾਂ ਸ਼ੈੱਡ ਥੱਲੇ ਖੜ ਗਏ। ਫਿਲਹਾਲ ਕੂਲਰ ਦੇਖਣ ਆਏ ਸੀਗੇ ਅਤੇ ਮੰਮਾ ਹੋਣੀ ਕਹਿੰਦੇ ਕੂਲਰ ਰਹਿਣ ਦੇ, ਆਪਾਂ ਏਸੀ ਲੈਂਦੇ ਹਾਂ। ਫਿਰ ਫਿਲਹਾਲ ਆਪਾਂ ਏਸੀ ਫਾਈਨਲ ਕਰਤਾ ਬਲੂ ਸਟਾਰ ਦਾ, ਅਤੇ ਬਾਕੀ ਅਸੀਂ ਦੇਖਦੇ ਹਾਂ ਕਿ ਹਿਸਾਬ ਦਾ ਵਾ, ਬਾਕੀ ਤੁਹਾਨੂੰ ਪ੍ਰੋਪਰ ਦੱਸ ਦਿਆਂਗੇ ਜੋ ਵੀ ਹਿਸਾਬ ਦਾ ਵਾ। ਫਿਲਹਾਲ ਅਸੀਂ ਬਲੂ ਸਟਾਰ ਫਾਈਨਲ ਕੀਤਾ ਵਾ, ਡੇਟ ਆਉਂਦਾ ਜਾਣ ਲੱਗੇ ਵੀ ਆਉਣ ਲੱਗੇ ਵੀ ਯਾਰ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਵੀ ਆਪਣੇ ਘਰ ਏਸੀ ਲਵਾਊਂਗਾ, ਕਿਉਂਕਿ ਯਾਰ ਸਾਡੀ ਮੇਰੇ ਮੰਮਾ ਪਾਪਾ ਅਸੀਂ ਬਹੁਤ ਹੀ ਚਲੋ ਸਾਰੇ ਦੀ ਮਿਹਨਤ ਹੁੰਦੀ ਹੈ ਤੇ ਚਲੋ, ਅਤੇ ਹਮੇਸ਼ਾ ਆਪਾਂ ਮੈਂ ਹਮੇਸ਼ਾ ਸੋਚਦਾ ਹੁੰਦਾ ਸੀਗਾ ਕਿ ਚਲੋ ਕਦੇ ਨਾ ਕਦੇ ਏਸੀ ਲਵਾਊਂਗਾ ਘਰੇ। ਅਤੇ ਅੱਜ ਪਹਿਲਾਂ ਸਵੇਰੇ ਸਵੇਰੇ ਮੰਮਾ ਕਹਿੰਦੇ ਯਾਰ ਐਮੀ ਐਕਚੁਲੀ ਮੇਰੇ ਦੀਦੀਆਂ ਵਾਲੇ ਆ ਅਤੇ ਉਹਨਾਂ ਦਾ ਸੈਕਿੰਡ ਬੇਬੀ ਆਉਣ ਵਾਲਾ, ਤਾਂ ਕਰਕੇ ਥੋੜ੍ਹਾ ਜਿਹਾ ਸੀਗਾ ਕਿ ਚਲੋ ਕੂਲਰ ਲਿਆਉਂਦਾ ਨਵਾਂ, ਅਤੇ ਫਿਰ ਥੋੜ੍ਹਾ ਕਿਉਂਕਿ ਉਹਨਾਂ ਦਾ ਬੇਬੀ ਆਉਣ ਵਾਲਾ, ਫਿਰ ਉਹਨਾਂ ਨੂੰ ਵੀ ਬਹੁਤ ਲੋੜ ਆ ਨਾ, ਫਿਰ ਗਰਮੀ ਵੀ ਇੱਕਦਮ ਬਹੁਤ ਜ਼ਿਆਦਾ ਪੈ ਰਹੀ ਆ ਖਾਸ ਕਰ ਲੁਧਿਆਣੇ, ਅਤੇ ਕੂਲਰ ਲੈਣ ਦਿਖਾਉਣ ਗਏ ਸੀਗੇ। ਮੈਂ ਸੋਚਿਆ ਸੀ ਕਿ ਚਲੋ ਕੂਲਰ ਲੈਣ ਹੀ ਚੱਲਦੇ ਹਾਂ, ਅਤੇ ਉੱਥੇ ਆ ਕੇ ਇੱਕਦਮ ਇੱਦਾਂ ਦਾ ਪਲੈਨ ਬਣਿਆ ਅਤੇ ਆਪਾਂ ਏਸੀ ਫਾਈਨਲ ਕਰਤਾ। ਅਤੇ ਇੰਨੀ ਕੁ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਦੇ ਵੀ ਨਹੀਂ ਲਾਈਫ 'ਚ ਸੋਚਿਆ ਸੀਗਾ ਕਿ ਏਸੀ ਵੀ ਲਵਾਊਂਗਾ ਮੈਂ ਘਰੇ ਖੁਦ ਆਪਣੇ ਪੈਸਿਆਂ ਦਾ। ਅਤੇ ਚਲੋ ਇਹ ਤਾਂ ਬਹੁਤ ਹੀ ਬਹੁਤ ਬਾਬਾ ਜੀ ਦੀ ਕਿਰਪਾ ਵਾ ਅਤੇ ਵੱਲ ਸਾਡਾ ਸਾਰਿਆਂ ਦਾ ਪਿਆਰ ਆ, ਅਤੇ ਚਲੋ ਇੱਦਾਂ ਹੀ ਬਣੇ ਰਹੇ ਪਿਆਰ ਪਿਓਰ, ਇੱਦਾਂ ਹੀ ਤੁਸੀਂ ਸਾਰੇ ਦੁਆ ਦਿੰਦੇ ਰਹੋ। ਅਤੇ ਮੰਮਾ ਦੀ ਖੁਸ਼ੀ, ਸਾਡੇ ਮੰਮਾ ਦਾ ਗੱਲ ਨਹੀਂ ਕਰੇ, ਸਾਡੇ ਮੰਮਾ ਨੇ ਕਰਾਉਂਦਾ, ਮੰਮਾ ਦੀ ਇੱਡੀ ਜ਼ਿਆਦਾ ਖੁਸ਼ੀ। ਮੰਮਾ ਇਹ ਕਦੇ ਸੋਚਿਆ ਨਹੀਂ ਸੀਗਾ ਅਸੀਂ ਕਦੇ ਕਿ ਅਸੀਂ ਵੀ ਏਸੀ ਲਵਾਵਾਂਗੇ ਯਾਰ। ਅਸੀਂ ਕੂਲਰ ਵੀ ਨਾ
ਸੈਕਿੰਡ ਹੈਂਡ ਲਿੱਤੇ ਹੋਏ ਨੇ ਕੂਲਰ ਜਿੰਨੇ ਵੀ ਲਿੱਤੇ ਤੇ ਹੁਣ ਸਿੱਧਾ ਅੱਜ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੈ ਕਿ ਚਲੋ ਏਸੀ 'ਤੇ ਆ ਚੁੱਕਿਆ ਕਿ ਚਲੋ ਪਹਿਲਾਂ ਨਾ ਅਸੀਂ ਜਾਣ ਲੱਗੇ ਅਤੇ ਮੇਰੀ ਦੀਦੀ ਦੀ ਕੋਲ ਆਈ, ਦੀਦੀ ਕਹਿੰਦੇ ਯਾਰ ਕੂਲਰ ਲੈਣਾ ਵਾ ਅਤੇ ਏਸੀ ਲੈ ਲਾ, ਵਿੰਡੋ ਏਸੀ ਲੈ ਲਾ। ਅਤੇ ਮੈਂ ਕਿਹਾ ਯਾਰ ਖਰਚਾ ਜ਼ਿਆਦਾ ਹੋ ਜੂਗਾ ਕਿ ਵਿੰਡੋ ਏਸੀ, ਨਾਲੇ ਮੈਂ ਕਿਹਾ ਮੈਨੂੰ ਸੁਣਨ 'ਚ ਆਇਆ ਸਹੀ ਵੀ ਨਹੀਂ ਹੁੰਦੇ ਹੈਗੇ। ਫਿਰ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਨਹੀਂ ਯਾਰ ਚਲੋ ਜਿਹੜੇ ਜੀ ਨੇ ਆਉਣਾ, ਪਤਾ ਨਹੀਂ ਕੁੜੀ ਨੇ ਆਉਣਾ ਮੁੰਡੇ ਨੇ ਆਉਣਾ, ਪਤਾ ਉਹਦੇ ਕਰਮਾਂ ਨੂੰ ਆ ਰਿਹਾ ਵਾ ਏਸੀ। ਅਤੇ ਕਈ ਵਾਰ ਹੁੰਦਾ ਨਾ ਕਿ ਕਈਆਂ ਦਾ ਆਉਣਾ ਹੀ ਚੰਗਾ ਹੁੰਦਾ ਇੰਨਾ, ਅਤੇ ਤਾਂ ਕਰਕੇ ਕਿਉਂਕਿ ਮੈਨੂੰ ਯਾਦ ਆ ਪਿਛਲਾ ਜਦੋਂ ਸਮਰ ਹੋਇਆ ਸੀ ਮੇਰਾ ਭਾਂਜਾ ਹੋਇਆ ਸੀਗਾ, ਅਤੇ ਉਦੋਂ ਅਸੀਂ ਫਸਟ ਟਾਈਮ ਇਨਵੈਟਰ ਲਗਾਇਆ ਸੀਗਾ ਘਰ, ਅਤੇ ਉਹਦੀ ਬੜੀ ਖੁਸ਼ੀ ਹੋਈ ਸੀਗੀ ਕਿ ਚੱਲ ਇਨਵੈਟਰ ਵੀ ਲਵਾ ਲਿਆ। ਚਲੋ ਸਟੈਪ ਬਾਏ ਸਟੈਪ ਚੜ੍ਹਨਾ ਚਾਹੀਦਾ, ਇੱਕਦਮ ਵੀ ਨਹੀਂ ਚਲੋ ਠੀਕ ਹੈ ਅਤੇ ਬਾਬਾ ਜੀ ਮਿਹਨਤ ਕਰਦੇ ਰਹੋ। ਬਸ ਇੰਨੀ ਖੁਸ਼ੀ ਹੋਈ ਅੱਜ ਮੈਨੂੰ, ਮੇਰੇ ਮੰਮਾ ਦੇ ਪਾਪਾ ਨੂੰ ਫੋਨ ਕੀਤਾ, ਪਾਪਾ ਏਸੀ ਲਵਾ ਲਾ, ਪਾਪਾ ਕਹਿੰਦੇ ਹਾਂ ਹਾਂ ਲਵਾ ਲਾ ਲਵਾ ਲਾ। ਅਤੇ ਮੰਮੀ ਡੈਡੀ ਇੰਨੇ ਜ਼ਿਆਦਾ ਖੁਸ਼ ਆ ਅਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ। ਫਸਟ ਟਾਈਮ ਮੈਂ ਏਸੀ ਲਵਾ ਰਿਹਾ ਘਰ ਅਤੇ ਬਹੁਤ 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 ਜ਼ਿਆਦਾ ਖੁਸ਼ੀ ਹੋ ਰਹੀ ਹੈ, ਪਰ ਮੈਂ ਐਕਸਪਲੇਨ ਨਹੀਂ ਕਰ ਸਕਦਾ ਹੈਗਾ। ਕੂਲਰ ਲੈਣ ਗਏ ਸੀ ਕਿਤੇ, ਉਹਨਾਂ ਦਾ 10-15 ਹਜ਼ਾਰ ਦੇਣਾ ਸੀ ਅਤੇ ਏਸੀ 'ਤੇ ਗੱਲ ਪਹੁੰਚ ਗਈ ਅਤੇ ਮੰਮਾ ਕਹਿੰਦੇ ਏਸੀ ਲੈ ਲਈਏ। ਫਿਰ ਮੈਂ ਕਿਹਾ ਫਿਰ ਨੇ ਪੁੱਛੋ ਨਾ, ਫਿਰ ਡਨ ਹੀ ਕਰਤਾ ਰਿਹਾ ਸੀ ਫਿਰ। ਅਤੇ ਏਸੀ ਸਾਡਾ, ਮੈਂ ਏਸੀ ਲਿੱਤਾ ਬਲੂ ਸਟਾਰ ਦਾ, ਅਤੇ ਮੈਨੂੰ ਦੱਸੋ ਕਿਵੇਂ ਦਾ। ਵੈਸੇ ਤਾਂ ਮੈਂ ਫਰੈਂਡ ਨੂੰ ਕਾਲ ਕਰਕੇ ਪੁੱਛ ਲਈ ਸੀ, ਉਹ ਕਹਿੰਦਾ ਬਲੂ ਸਟਾਰ ਦੇ ਏਸੀ ਘੈਂਟ ਹੀ ਹੁੰਦੇ ਨੇ, ਤਾਂ ਕਰਕੇ ਆਪਾਂ ਬੁੱਕ ਕਰਾ ਲਿਆ ਸੀ। ਡੇਟ ਅੰਦਰ ਲਵਾਇਆ ਆਪਾਂ ਅਤੇ ਸ਼ਾਮ ਤੱਕ ਆ ਜਾਏਗਾ ਉਹ, ਕਿਉਂਕਿ ਐਕਚੁਅਲੀ ਪਾਪਾ ਦੇ ਨਾਮ 'ਤੇ ਲੈਣਾ ਸੀ ਤਾਂ ਕਰਕੇ। ਅਤੇ ਬਾਕੀ ਕਿੰਨੇ ਦਾ ਪਿਆ ਅਤੇ ਘਰ ਆਇਆ ਅਤੇ ਉਹਦੇ ਸਭ ਕੁਝ ਦੱਸੂਗਾ ਮੈਂ ਕੀ ਹਿਸਾਬ ਕਿਤਾਬ। ਡੇਟ ਆ ਹੁਣ ਏਸੀ ਘਰ ਆਵੇ ਅਤੇ ਫਿਟਿੰਗ ਕਰਾਈਏ। ਲੋ ਜੀ, ਇਹ ਨੇ ਮੇਰੇ ਮੰਮਾ ਜੀ ਜਿਹਨਾਂ ਨੇ ਤੁਸੀਂ ਵੇਟ ਕਰਦੇ ਹੋਏ ਸੀ ਕਿ ਮੰਮਾ ਸਾਡੇ ਮੰਮਾ ਨੂੰ ਅੱਜ ਸਰਪ੍ਰਾਈਜ਼ ਦਿੱਤਾ। ਕਦੇ ਅਸੀਂ ਸੋਚਿਆ ਵੀ ਨਹੀਂ ਸੀ ਕਿ ਸਾਡੇ ਘਰ, ਅਸੀਂ ਕੂਲਰ ਵਾਸਤੇ ਵੀ ਕਈ ਵਾਰੀ ਤਰਸ ਜਾਂਦੇ ਹੁੰਦੇ ਸੀ ਪੁਰਾਣੇ ਘਰ 'ਚ, ਸਾਨੂੰ ਯਾਦ ਆ ਅੱਜ ਵੀ। ਅਤੇ ਅੱਜ ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਹੈ ਕਿ ਅੱਜ ਅਸੀਂ ਏਸੀ ਬੁੱਕ ਕਰਾਤਾ, ਅਸੀਂ ਗਏ ਸੀ ਕੂਲਰ ਕਰਾਉਣ ਅਤੇ ਐਟ ਏ ਟਾਈਮ ਅਸੀਂ ਬਸ ਏਸੀ ਦਾ ਕਰਤਾ। ਮੰਮੀ ਲੈਕਚਰ ਅੱਜ ਕਿਹੜੀ ਹੋਣ ਲੱਗੀ ਹੋਈ, ਅਸੀਂ ਬਸ ਜਿਹੜਾ ਆ ਗਿਆ ਸਾਹਮਣੇ ਉਹਦੀ ਕਾਰ।